ਹੁਣ ਮੰਨ ਲਿਆ ਤੇ ਪਹਿਲਾਂ ਕਹਿੰਦੇ ਸੀ ਇੰਟਰਵਿਊ ਹੋਈ ਹੀ ਨਹੀਂ ਇੱਥੇ। ਬਿਲਕੁਲ ਮੈਂ ਮਾਨਯੋਗ ਹਾਈ ਕੋਰਟ ਦੀ ਨਿਰਪੱਖਤਾ ਦੇ ਕਾਰਨ ਉਹਨਾਂ ਦੀ ਸ਼ਿੱਦਤ ਦੇ ਨਾਲ ਉਹਨਾਂ ਨੇ ਜਿਸ ਜੱਜ ਸਾਹਿਬ ਨੇ ਇਸ ਮਾਮਲੇ ਨੂੰ ਨੰਗਾ ਕੀਤਾ, ਮੈਂ ਉਹਨਾਂ ਜਿੰਨੀ ਵੀ ਸ਼ਲਾਘਾ ਕਰੇ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਕਿ ਉਹ ਇਹੋ ਜਿਹੇ ਫੈਸਲੇ ਲਗਾਤਾਰ ਕਰਦੇ ਰਹਿਣ, ਕਿਉਂਕਿ ਸਰਕਾਰ ਨੇ ਤਾਂ ਐਫੀਡੈਵਿਟ ਦੇ ਕੇ ਵਾਰ ਵਾਰ ਕੋਰਟ ਨੂੰ ਮਿਸਗਾਈਡ ਕੀਤਾ। DGP ਸਾਹਿਬ ਬੜੇ ਸਤਿਕਾਰਯੋਗ ਅਹੁਦਾ ਹੈ ਸਟੇਟ ਦਾ, ਜੇ ਉਹ ਵੀ ਇੱਕ ਅਦਾਲਤ ਨੂੰ ਹਨੇਰੇ ਦੇ ਵਿੱਚ ਰੱਖਦੇ ਆ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਤੁਸੀਂ ਮੋਟੇ ਤੌਰ ਤੇ ਗੱਲ ਵੇਖ ਲਓ ਵੀ ਸਰਕਾਰ ਗੈਂਗਸਟਰਾਂ ਦੇ ਨਾਲ ਖੜੀ ਨਜ਼ਰ ਆ ਰਹੀ ਹੈ, ਬਲਕਿ ਮੈਨੂੰ ਤਾਂ ਲੱਗਦਾ ਗੈਂਗਸਟਰਾਂ ਦੀ ਸਰਕਾਰ ਹੀ ਚੱਲ ਰਹੀ ਹੈ ਪੰਜਾਬ ਦੇ ਵਿੱਚ। ਹਰ ਚੀਜ਼ ਗੈਂਗਸਟਰਾਂ ਦੇ ਹੱਕ ਦੇ ਵਿੱਚ ਜਾ ਰਹੀ ਹੈ, ਹਰੇਕ ਗੈਂਗਸਟਰ ਨੂੰ ਬੜਾ VIP ਟ੍ਰੀਟਮੈਂਟ ਦਿੱਤਾ ਜਾਂਦਾ, ਕੇਵਲ ਤੇ ਕੇਵਲ ਇਨਕਾਊਂਟਰ ਉਹਨਾਂ ਲੋਕਾਂ ਦੇ ਹੁੰਦੇ ਆ ਜਿਹੜੇ ਸਰਕਾਰ ਦੇ ਸਿਸਟਮ ਦੇ ਜੇਬ ਦੇ ਵਿੱਚ ਨਹੀਂ ਪੈਂਦੇ, ਉਹਨਾਂ ਲੋਕਾਂ ਦੇ ਪੈਰਾਂ 'ਚ ਗੋਲੀਆਂ ਵੱਜਦੀਆਂ। ਬਾਕੀ ਜੋ ਸਰਕਾਰ ਦੀ ਜੇਬ ਦੇ ਵਿੱਚ ਸਰਕਾਰ ਦੀਆਂ ਪਾਲਿਸੀ ਦੇ ਮੁਤਾਬਕ ਚੱਲ ਰਿਹਾ, ਉਸ ਗੈਂਗਸਟਰ ਨੂੰ ਪੰਜਾਬ ਦੇ ਵਿੱਚ ਜੇਲ੍ਹ ਨਾਲ ਕੋਈ ਸੁਰੱਖਿਅਤ ਜਗ੍ਹਾ ਨਹੀਂ ਉਸਦੇ ਵਾਸਤੇ। ਔਰ ਜਿੰਨੇ ਤੁਸੀਂ ਲੋਰਸ ਦੀ ਵੀਡੀਓ ਦੀ ਗੱਲ ਕਰਦੇ ਹੋ, ਲੋਰਸ ਦੀ ਵੀਡੀਓ ਨੂੰ ਮੇਰੇ ਪੁੱਤ ਦੇ ਚਲਾਣ ਦੇ ਨਾਲ ਅਟੈਚ ਕਰਨ ਲਈ ਕੋਰਟ ਦੇ ਰਿਕਾਰਡ ਤੇ ਲੈ ਕੇ ਆਉਣ ਲਈ ਮੈਨੂੰ 6 ਮਹੀਨੇ ਸਿੱਟ ਦੀਆਂ ਮੈਂ ਮਿੰਨਤਾਂ ਕੀਤੀਆਂ, ਪਰੰਤੂ ਮੇਰੀ ਕਿਸੇ ਨੇ ਨਹੀਂ ਸੁਣੀ। ਅਖੀਰ ਨੂੰ ਜਦੋਂ ਮੈਂ ਮਾਨਯੋਗ ਹਾਈ ਕੋਰਟ ਦੀ ਸ਼ਰਨ ਲਈ ਜਾ ਕੇ ਉੱਥੇ ਜਾ ਕੇ ਮੈਂ ਪਟੀਸ਼ਨ ਪਾਉਣਾ, ਉਸ ਤੋਂ ਬਾਅਦ 72 ਘੰਟਿਆਂ ਦੇ ਵਿੱਚ ਹੀ ਉਹ ਜਿਹੜੀ ਵੀਡੀਓ ਹੈ ਉਹ ਅਦਾਲਤ ਦੇ ਟੇਬਲ ਤੇ ਪਹੁੰਚ ਜਾਂਦੀ ਹੈ। ਤਾਂ ਇਸ ਤੋਂ ਮੈਂ ਕੀ ਅੰਦਾਜ਼ਾ ਲਾਵਾਂ ਵੀ ਸਰਕਾਰ ਦੀਆਂ ਪੁਲਿਸ ਨੂੰ ਬੜੀਆਂ ਸਪਸ਼ਟ ਹਦਾਇਤਾਂ ਨੇ ਵੀ ਕਿਸੇ ਗੈਂਗਸਟਰ ਦੇ ਖਿਲਾਫ ਤੁਸੀਂ ਕੋਈ ਸਬੂਤ, ਪੁਖਤਾ ਸਬੂਤ ਅਦਾਲਤ ਅੱਗੇ ਨਹੀਂ ਰੱਖਣਾ। ਉਹ ਚੀਜ਼ ਤੁਹਾਡੇ ਸਾਹਮਣੇ CM ਸਾਹਿਬ ਵੀ ਸਾਡੇ ਮਾਨਯੋਗ ਨੇ ਝੂਠ ਬੋਲੀ ਜਾਂਦੇ ਨੇ, ਬੜਾ ਸਤਿਕਾਰਯੋਗ ਅਹੁਦਾ DGP ਸਾਹਿਬ ਦਾ, ਉਹ ਵੀ ਅਦਾਲਤ ਨੂੰ ਮਿਸਗਾਈਡ ਕਰੀ ਜਾਂਦੇ ਨੇ ਐਫੀਡੈਵਿਟ ਦੇ ਕੇ। ਅੱਗੇ ਤੁਸੀਂ ਹੋਰ ਵੇਖਿਓ, ਮੈਨੂੰ ਮਾਨਯੋਗ ਅਦਾਲਤਾਂ ਦੇ ਉੱਤੇ ਰੱਬ ਵਰਗਾ ਯਕੀਨ ਹੈ, ਤੁਸੀਂ ਹੋਰ ਚਿਹਰੇ ਨੰਗੇ ਹੋਣਗੇ ਅਗਲੇ ਹਿਸਾਬ 'ਚ। ਹਾਲੇ ਤਾਂ ਸ਼ੁਰੂਆਤ ਹੋਈ ਹੈ, ਅੱਜ ਹਾਲੇ ਕੰਮ ਤਾਂ ਸਾਰਾ ਬਾਕੀ ਹੈ ਹਾਲੇ ਸਾਰਾ ਹੋਣਾ। ਬਈ ਇੱਕ ਗੱਲ ਹੋਰ ਕਿ ਜਦੋਂ ਹੁਣ ਮੰਨ ਲਿਆ ਕਿ CIA ਇੰਟਰਵਿਊ ਹੋਈ ਹੈ, ਤਾਂ ਕੀ ਉਹਨਾਂ ਅਧਿਕਾਰੀਆਂ ਤੇ ਕਾਰਵਾਈ ਨਹੀਂ ਬਣਦੀ ਜਿਨ੍ਹਾਂ ਨੇ ਇੰਟਰਵਿਊ ਕਰਵਾਈ ਹੈ? ਦੇਖੋ ਜੀ, ਅਸੀਂ ਤਾਂ ਉਸ ਦਿਨ ਤੋਂ ਹੀ ਕਹਿ ਰਹੇ ਹਾਂ, ਸਾਨੂੰ ਖਰੜ ਦੇ ਬਾਰੇ, ਮੈਂ ਦੇਖੋ ਇੱਕ ਸਧਾਰਨ ਵਿਅਕਤੀ ਹਾਂ, ਪੀੜਿਤ ਬੰਦਾ, ਮੈਨੂੰ ਇਹ ਇੰਟਰਵਿਊ ਹੋਣ ਤੋਂ ਮਹੀਨਾ ਬਾਅਦ ਪਤਾ ਲੱਗ ਗਿਆ ਸੀ ਖਰੜ ਦਾ। ਅੱਜ ਤਾਂ ਇਹਨਾਂ ਦੇ ਮਹਿਕਮੇ 'ਚੋਂ ਗੱਲ ਸਾਡੇ ਕੋਲ ਆਈ, ਮੈਂ ਹਰੇਕ ਅਫਸਰ ਕੋਲ ਜਿਹਨੂੰ ਵੀ ਮੈਂ ਮਿਲਿਆ, ਜਿਹਦੇ ਕੋਲ ਵੀ ਜਾ ਕੇ ਮੈਂ ਆਪਦਾ ਦੁਖੜਾ ਦੱਸਿਆ, ਉਹਨੂੰ ਮੈਂ ਦੱਸਿਆ ਭਾਈ ਇਹ ਜਿਹੜੀ ਵੀਡੀਓ ਹੈ ਖਰੜ ਬਣੀ ਹੈ, ਅਸੀਂ ਬਾਈ ਨੇਮ ਕਹਿੰਦੇ ਰਹੇ ਹਰ ਇੱਕ ਬੰਦੇ ਨੂੰ, ਲੇਕਿਨ ਸਾਡਾ ਵਿਸ਼ਵਾਸ ਨਹੀਂ ਕਿਸੇ ਨੇ ਕੀਤਾ। ਵਿਸ਼ਵਾਸ ਤਾਂ ਪਤਾ ਤਾਂ ਉਹਨਾਂ ਨੂੰ ਵੀ ਸੀਗਾ, ਪਰੰਤੂ ਇਹ 'ਤੇ ਕਾਰਵਾਈ ਨਹੀਂ ਕਰਨੀ ਚਾਹੁੰਦੇ। ਹੁਣ ਵੀ ਨਹੀਂ, ਮੈਨੂੰ ਤਾਂ ਕਾਰਵਾਈ ਦਾ ਭਰੋਸਾ ਕੀ ਕਰਨਗੇ, ਇਹਨਾਂ ਨੇ ਕੁਛ ਨਹੀਂ ਕਰਨਾ, ਹੁਣ ਵੀ ਸਿਰਫ ਅਤੇ ਸਿਰਫ ਮਿੱਟੀ ਝਾੜਨਗੇ, ਇੱਧਰ ਕਰਤਾ ਉੱਧਰ ਕਰਤਾ। ਸਰਕਾਰ ਨੂੰ 1.25 ਸਾਲ ਹੋ ਗਿਆ ਅਦਾਲਤ ਨੂੰ ਤੋਂ ਟਾਈਮ ਲੈਂਦਿਆਂ ਨੂੰ, ਅਸੀਂ ਹੁਣ ਕਰਦੇ ਹਾਂ ਅਸੀਂ ਫਲਾਨ, 3 ਮਹੀਨਿਆਂ ਦਾ ਸਮਾਂ ਹੋਰ ਵਧਾ ਦਿਓ, ਇੰਨੇ ਦਾ ਹੋਰ ਵਧਾ ਦਿਓ, ਅਤੇ ਜੇ ਗੱਲ ਹੀ ਇੰਨੀ ਕੁ ਸੀ, ਦੋਸ਼ੀ ਇਹਨਾਂ ਦੇ ਕੋਲ ਸੀ, ਪੱਤਰਕਾਰ ਇਹਨਾਂ ਦੇ ਕੋਲ ਸੀ, ਇੰਟਰਵਿਊ ਕਰਨ ਵਾਲੇ, ਅੜਿੱਕਾ ਕਿਸ ਗੱਲ ਦਾ ਸੀ, ਇੰਨਾ ਸਮਾਂ ਕਾਹਤੋਂ ਲੱਗ ਗਿਆ? ਤਾਂ ਮਾਨਯੋਗ ਅਦਾਲਤ ਤੋਂ ਮੈਨੂੰ ਉਮੀਦਾਂ ਨੇ, ਅਤੇ ਜੋ ਮਾਨਯੋਗ ਕੋਰਟ ਇਹਨਾਂ ਦੀ ਸਖਤਾਈ ਕਰੇ ਤਾਂ ਸ਼ਾਇਦ ਕੋਈ ਨਾ ਕੋਈ ਆਸ ਨਹੀਂ ਕਰਨ ਲੱਗ ਸਕਦੀ ਹੈ। ਇੱਕ ਗੱਲ ਹੋਰ, ਲਾਰੈਂਸ ਬਿਸ਼ਨੋਈ ਨੂੰ ਇਹਨਾਂ ਨੇ ਪੁੱਛਗਿੱਛ ਕੀਤੀ ਹੈ ਕਿ ਇੰਟਰਵਿਊ ਹੈ ਜਿਹੜੀ ਕਿੱਥੇ ਹੋਈ ਹੈ, ਕਿ ਅਪਸਿਟ ਨੇ ਆਪਣੇ ਤੌਰ ਤੇ ਇਹ ਦਾਅਵਾ ਹੈ ਜਿਹੜਾ ਪੇਸ਼ ਕੀਤਾ ਹੈ ਕਿ CIA ਖਰੜ ਇੰਟਰਵਿਊ ਹੋਈ ਹੈ। ਇਹਨਾਂ ਨੇ ਕੀ ਕਰਨਾ ਸੀ ਜੀ, ਕਰਨ ਨੂੰ ਤਾਂ ਇਹ ਜਦੋਂ ਪੇਸ਼ੀਆਂ ਉਹਦੀਆਂ ਕਰਵਾ ਸਕਦੇ ਆ VC ਦੇ ਉੱਤੇ, ਤਾਂ ਪੁੱਛਗਿੱਛ ਤਾਂ ਕੀਤੀ ਜਾ ਸਕਦੀ ਹੈ, ਪਰ ਸਰਕਾਰ ਦੀ ਮਨਸ਼ਾ ਨਹੀਂ ਕਰਨ ਦੀ। ਲਾਰੈਂਸ ਨੇ
ਕਾਨੂੰਨ ਦੇ ਮੁਤਾਬਕ ਤਾਂ ਕੱਟਿਆ ਪੰਜਾਬ ਦਾ ਉਹਨੇ ਰਿਮਾਂਡ ਕਦੇ ਉਹ ਥਾਣੇ ਦਾ, ਪਰੰਤੂ ਉਹ ਪੰਜਾਬ ਦਾ ਵਿਜ਼ਿਟ ਸੀ ਉਹਦਾ, ਉਹਨੇ ਸਾਰੇ ਥਾਣੇ ਵਿਜ਼ਿਟ ਕੀਤੇ ਸੀ ਜਿੱਦਾਂ ਕੋਈ VIP ਕਰਦਾ। ਹੋਰ ਉਹ ਤੋਂ ਕਿਸੇ ਵੀ ਪੁਲਿਸ ਅਫਸਰ ਦੀ ਉਹ ਤੋਂ ਪੁੱਛਗਿੱਛ ਕਰਨ ਦੀ ਹਿੰਮਤ ਨਹੀਂ ਸੀ ਉਹਦੇ ਕੋਲ। ਉਹਨੂੰ ਸਾਰੀਆਂ ਸਹੂਲਤਾਂ ਜਿਹੜੀਆਂ ਇੱਕ ਹੋਸਟਲ ਦੇ ਵਿੱਚ ਮਿਲਦੀਆਂ ਨੇ ਉਹ ਸਾਰੀਆਂ ਉਹਨੂੰ ਥਾਣੇ ਦੇ ਵਿੱਚ ਦਿੱਤੀਆਂ ਜਾਂਦੀਆਂ ਸੀ। ਇੱਥੇ ਲਾਰੈਂਸ ਨੂੰ ਦੋਸ਼ੀ ਮੰਨਿਆ ਕਦੋਂ ਹੈ ਸਰਕਾਰ ਨੇ? ਇਹ ਤਾਂ ਸਾਡੇ ਸਿਸਟਮ ਦਾ ਮੈਂ ਕਹਾਂ ਵੀ ਸਭ ਤੋਂ ਦਿਵਾਲੀਆਪਨ ਹੈ ਸਭ ਤੋਂ ਇਸ ਗੱਲ ਦਾ। ਤਾਂ ਜਿਹੜਾ ਕੋਈ ਸਾਡੇ ਵਰਗਾ ਮਾਤੜ ਸਰਕਾਰ ਨੂੰ ਟੈਕਸ ਦੇਣ ਵਾਲਾ ਨਾਗਰਿਕ ਹੈ ਉਹ ਬਹੁਤ ਚਿੰਤਾ ਦੇ ਆਲਮ ਵਿੱਚ ਹੈ ਇਸ ਸਮੇਂ, ਕਿਉਂਕਿ ਉਹ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਜਾ ਕੇ ਦਰਖਾਸਤ ਲਿਖਾਵਾਂਗੇ ਕਿਹਦੇ ਕੋਲ, ਕਹਾਂਗੇ ਕਿਹਨੂੰ ਜਾ ਕੇ, ਸਰਕਾਰ ਹੀ ਗੈਂਗਸਟਰਾਂ ਦੀ ਹੈ।